ਸਰਦਾਰ ਗਰੁੱਪ ਦੇ ਵਿੱਚ ਜਿੱਦਾਂ ਤੁਸੀਂ ਅੱਜ ਦੇਖਿਆ ਕਿ ਜਿਹੜੇ ਜ਼ਰੂਰਤਮੰਦ ਲੋਕ ਸੀਗੇ ਉਹਨਾਂ ਤੱਕ ਜਿੰਨਾ ਤੱਕ ਹੋ ਸਕੇ ਅਸੀਂ ਵੱਧ ਤੋਂ ਵੱਧ ਰਾਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਵੀ ਉਹਨਾਂ ਨੂੰ ਸਾਨੂੰ ਲੱਗਦਾ ਸੀਗਾ ਇੱਕ ਰਸੋਈ ਦੀ ਜਿਹੜੀ ਬੇਸਿਕ ਨੀਡ ਹੁੰਦੀ ਆ। ਤੇ ਇਹ ਸਾਰੀਆਂ ਚੀਜ਼ਾਂ ਲੋਕਡਾਊਨ ਜਿੱਦਾਂ ਹੋਇਆ, 20 ਮਾਰਚ ਤੋਂ ਲੋਕਡਾਊਨ ਹੋਇਆ ਸੀਗਾ, 22 ਮਾਰਚ ਤੋਂ ਅਸੀਂ ਕੰਟੀਨਿਊਸਲੀ ਇਹ ਚੀਜ਼ਾਂ ਕਰ ਰਹੇ ਹਾਂ। ਸੂਕਾ ਰਾਸ਼ਨ ਹੋ ਗਿਆ, ਜਾਂ ਫਿਰ ਪਹਿਲਾਂ ਲੰਗਰ ਬਣਾ ਕੇ ਕਰਦੇ ਸੀਗੇ, ਹੈ ਨਾ, ਡਿਸਟ੍ਰੀਬਿਊਟ ਕਰਦੇ ਸੀਗੇ। ਹੌਲੀ ਹੌਲੀ ਜਿੱਦਾਂ ਕਿ ਤੁਹਾਨੂੰ ਪਤਾ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖਣਾ ਵੀ ਜ਼ਰੂਰੀ ਸੀ, ਫਿਰ ਅਸੀਂ ਕੇਸ ਵੈਰੀਫਾਈ ਕਰਕੇ ਜਿੱਦਾਂ ਸਾਨੂੰ ਲੱਗਿਆ ਕਿ ਲੋਕ ਜ਼ਰੂਰਤਮੰਦ ਹੈਗੇ ਨੇ, ਹੈ ਨਾ, ਜਿਨ੍ਹਾਂ ਦੇ ਹਾਲਾਤ ਸਾਨੂੰ ਲੱਗਦਾ ਸੀ ਕਿ ਵਾਕਈ ਇਹਨਾਂ ਨੂੰ ਹੈਲਪ ਦੀ ਲੋੜ ਆ, ਉੱਥੇ ਅਸੀਂ ਰਾਸ਼ਨ ਪਹੁੰਚਦਾ ਕੀਤਾ। ਅੱਜ ਦਾ ਪ੍ਰੋਗਰਾਮ ਇਹੀ ਸੀਗਾ ਕਿ ਜਿਹੜੇ ਸਾਨੂੰ ਲੱਗੇ ਨਾ ਜ਼ਰੂਰਤਮੰਦ ਲੋਕ ਨੇ ਉਹਨਾਂ ਨੂੰ ਆਪਾਂ ਰਾਸ਼ਨ ਪਹੁੰਚਦਾ ਕੀਤਾ ਸਾਰੀ ਟੀਮ ਦੀ ਸਪੋਰਟ ਦੇ ਨਾਲ। ਸਾਡੀ ਐਨ ਜੀ ਓ ਦਿਲਦਾਰ ਗਰੁੱਪ ਵੱਲੋਂ ਅੱਜ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਿਹਦੇ ਵਿੱਚ ਸਾਡੇ ਦਿਲਦਾਰ ਗਰੁੱਪ ਦੇ ਸਾਰੇ ਮੈਂਬਰ ਔਰ ਜਿਹੜੀਆਂ ਹੋਰ ਵੀ ਲੁਧਿਆਣਾ ਸ਼ਹਿਰ ਦੇ ਕਈ ਮਸ਼ਹੂਰ ਐਨ ਜੀ ਓ ਨੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸੀ ਲੋਕਡਾਊਨ ਦੇ ਪੀਰੀਅਡ ਦੇ ਵਿੱਚ। 2 ਮਹੀਨੇ ਦੇ ਲੋਕਡਾਊਨ ਦੇ ਪੀਰੀਅਡ ਦੇ ਵਿੱਚ ਸਾਡੇ ਦਿਲਦਾਰ ਗਰੁੱਪ ਨੇ 2 ਮਹੀਨੇ ਲੋਕਡਾਊਨ ਦੇ ਪੀਰੀਅਡ ਦੇ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਉਹਨਾਂ ਦੀ ਜ਼ਰੂਰਤ ਦਾ ਸਮਾਨ ਘਰ ਘਰ ਪਹੁੰਚਾਇਆ ਹੈ। ਅੱਜ ਅਸੀਂ ਉਹਨਾਂ ਨੂੰ ਬੁਲਾ ਕੇ ਇੱਕ ਛੋਟਾ ਉਪਰਾਲਾ ਕੀਤਾ ਹੈ ਔਰ ਉਹਨਾਂ ਦਾ ਹੌਸਲਾ ਵਧਾਈ ਲਈ ਉਹਨਾਂ ਦਾ ਧੰਨਵਾਦ ਕੀਤਾ ਹੈ। ਅਤੇ ਮੈਂ ਪਰਮਾਤਮਾ ਅੱਗੇ ਬੇਨਤੀ ਕਰਦਾ ਜਿਹੜਾ ਸਾਡਾ ਦਿਲਦਾਰ ਗਰੁੱਪ ਦੇ ਮੈਂਬਰ ਨੇ ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਤਾਂ ਕਿ ਅਸੀਂ ਅੱਗੋਂ ਵਾਸਤੇ ਵੀ ਇਸੇ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੇ ਹਾਂ।